ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਰੀਸ ਵਿੱਚ ਪੰਜਾਬੀ ਚੈਨਲ 'ਤੇ ਤੁਹਾਡਾ ਫਿਰ ਤੋਂ ਸਵਾਗਤ ਹੈ। ਹਾਂਜੀ, ਸਾਰਿਆਂ ਨੂੰ ਸਭ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਜਾਂ ਰਿਕੁਐਸਟ ਆ ਕਿ ਜਿਹਨੇ ਜਿਹਨੇ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਉਹ ਸਬਸਕ੍ਰਾਈਬ ਕਰ ਲਏ ਅਤੇ ਨਾਲ ਹੀ ਬੈਲ ਦਾ ਆਈਕਨ ਦੱਬ ਲਿਓ ਤਾਂ ਕਿ ਕੋਈ ਵੀ ਨਵੀਂ ਅਸੀਂ ਵੀਡੀਓ ਪਾਈਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉਹਦਾ ਨੋਟੀਫਿਕੇਸ਼ਨ ਮਿਲ ਸਕੇ। ਹਾਂਜੀ, ਅਤੇ ਅੱਜ ਦੀਆਂ ਕੁਛ ਖਬਰਾਂ ਨੇ ਪੂਰੇ ਆਪਣੇ ਯੂਰਪ ਦੇ ਵਿੱਚ ਕੁਛ ਕੰਟਰੀਆਂ ਅਤੇ ਗ੍ਰੀਸ ਦੇ ਵਿੱਚ ਲੈ ਕੇ, ਅਤੇ ਕੁਛ ਇੰਡੀਆ ਦੇ ਵੀ ਤੁਹਾਨੂੰ ਅਸੀਂ ਦੱਸਾਂਗੇ ਜੋ ਕਰੋਨਾ ਦਾ ਅਪਡੇਟ ਆ। ਪੂਰੇ ਵਰਲਡ ਦੇ ਵਿੱਚ ਇਸ ਟਾਈਮ 20,40,060 ਕੇਸ ਹੋ ਚੁੱਕੇ ਨੇ ਅਤੇ 1,30,917 ਮੌਤਾਂ ਹੋ ਚੁੱਕੀਆਂ ਨੇ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਜੋ ਕਰੋਨਾ ਵਾਇਰਸ ਦੇ ਨਾਲ ਹੋਈਆਂ ਨੇ। ਅਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕੁਛ ਰਿਕਵਰੀ ਜਿਹੜੀ ਹੋਈ ਆ ਹਜੇ ਤੱਕ 5,04,618 ਲੋਕਾਂ ਦੀ ਸਿਰਫ ਰਿਕਵਰੀ ਹੋ ਸਕੀ ਆ ਅਤੇ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਨਾ ਵਿੱਚ ਨਾ ਜਿਹੜੇ ਬੰਦੇ 51,425 ਜਿਹੜੇ ਸੀਰੀਅਸ ਨੇ ਇਸ ਟਾਈਮ ਪੂਰੀ ਦੁਨੀਆ ਦੇ ਕੇਸ ਨੇ ਇਹ ਜੀ। ਤੁਹਾਨੂੰ ਕੁਛ ਨਜ਼ਰ ਮਰਵਾ ਦੀ, ਜਿਵੇਂ ਕਿ ਹੁਣ ਜੋ ਟਾਈਮ ਹੋ ਰਿਹਾ ਗ੍ਰੀਸ ਦਾ 8:15 ਹੋ ਰਹੇ ਨੇ। ਇਸ ਟਾਈਮ ਦੇ ਹਿਸਾਬ ਨਾਲ ਗ੍ਰੀਸ ਦੇ USA ਦੇ ਜਿਹੜੇ ਕੇਸ ਨੇ, ਸਭ ਤੋਂ ਪਹਿਲਾਂ ਅਮਰੀਕਾ ਸਭ ਤੋਂ ਨੰਬਰ 1 'ਤੇ ਜਾ ਰਿਹਾ ਜਿਹੜਾ ਕੰਡੀਸ਼ਨ ਜਿਹਦੀ ਖਰਾਬ ਆ। 6,19,331 ਕੇਸ ਹੋ ਚੁੱਕੇ ਨੇ ਅੱਜ ਦੇ ਨਵੇਂ ਕੇਸ ਉੱਤੇ ਫਿਲਹਾਲ। ਹਜੇ ਤੱਕ 7:15 ਵਜੇ ਤੱਕ ਦੀ ਜਿਹੜੀ ਅਪਡੇਟ ਆਈ ਹੋਈ ਆ, 5,445 ਨਵੇਂ ਕੇਸ ਆਏ ਨੇ ਅਤੇ 1,129 ਬੰਦਿਆਂ ਦੀ ਡੈਥ ਹੋ ਚੁੱਕੀ ਅੱਜ ਉੱਥੇ। ਉਸ ਤੋਂ ਬਾਅਦ ਸਪੇਨ ਦਾ ਦੱਸ ਦਈਏ, ਸਪੇਨ 1,77,633 ਕੇਸ ਹੋ ਚੁੱਕੇ ਨੇ ਟੋਟਲ ਅਤੇ 3,573 ਅੱਜ ਦੇ ਨਵੇਂ ਕੇਸ ਆਏ ਨੇ ਜਿਹੜੇ, ਅਤੇ ਜਿਹੜੇ ਟੋਟਲ ਆਪਣੇ ਸਪੇਨ ਦੇ ਵਿੱਚ ਜਿਹੜੇ ਟੋਟਲ ਡੈਥ ਹੋ ਚੁੱਕੇ ਨੇ ਉਹ ਹੈਗੇ 18,579 ਅਤੇ 324 ਡੈਥਾਂ ਅੱਜ ਦੀਆਂ ਨੇ ਜੋ ਅੱਜ ਡੈਥ ਹੋਈਆਂ ਨੇ 324। ਅਤੇ ਇਟਲੀ ਦੇ ਵਿੱਚ ਇਸੇ ਤਰ੍ਹਾਂ 1,65,000 ਟੋਟਲ ਕੇਸ ਹੋ ਚੁੱਕੇ ਨੇ ਅਤੇ 2,667 ਨਵੇਂ ਕੇਸ ਆਏ ਨੇ ਅੱਜ ਅਤੇ 21,645 ਟੋਟਲ ਮੌਤਾਂ ਹੋਈਆਂ ਨੇ ਅਤੇ ਅੱਜ ਦੇ ਨਵੇਂ ਜਿਹੜੇ 578 ਮੌਤਾਂ ਨਵੀਆਂ ਨੇ ਅੱਜ ਦੀਆਂ ਰਿਕਾਰਡ ਕੀਤੀਆਂ ਨੇ। ਅਤੇ ਫਰਾਂਸ ਦਾ ਡਾਟਾ ਹਜੇ ਤੱਕ ਕੋਈ ਆਇਆ ਨਹੀਂ, ਉਹ ਅਪਡੇਟ ਕਰਦੇ ਨੇ ਲੇਟ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਜਰਮਨੀ ਦੇ 1,33,154 ਟੋਟਲ ਕੇਸ ਨੇ, 944 ਨਵੇਂ ਕੇਸ ਆਏ ਨੇ ਅਤੇ 3,592 ਡੈਥਾਂ ਟੋਟਲ ਹੋ ਚੁੱਕੀਆਂ ਅਤੇ 97 ਨਵੀਆਂ ਡੈਥਾਂ ਹੋਈਆਂ ਨੇ ਅੱਜ ਦੀਆਂ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ UK ਜਿਹਨੂੰ ਕਿ ਇੰਗਲੈਂਡ ਕਹਿੰਦੇ ਨੇ, 98,476 ਕੇਸ ਹੋ ਚੁੱਕੇ ਨੇ ਟੋਟਲ, 4,603 ਅੱਜ ਦੇ ਨਵੇਂ ਕੇਸ ਆਏ ਨੇ ਅਤੇ 761 ਨਵੀਆਂ ਮੌਤਾਂ ਅੱਜ ਦੀਆਂ ਸਾਹਮਣੇ ਆਈਆਂ ਨੇ। 3,342 ਟੋਟਲ ਮੌਤਾਂ ਹੋ ਚੁੱਕੀਆਂ ਨੇ ਇੱਥੇ ਇੰਗਲੈਂਡ ਦੇ ਵਿੱਚ। ਤੁਹਾਨੂੰ ਕੁਛ ਹੋਰ ਦੇਸ਼ ਦੱਸ ਦਈਏ ਯੂਰਪ ਦੇ, ਜਿਵੇਂ ਕਿ ਪੁਰਤਗਾਲ ਦੇ ਵਿੱਚ 18,091 ਕੇਸ ਹੋ ਚੁੱਕੇ ਨੇ ਟੋਟਲ, 643 ਨਵੇਂ ਕੇਸ ਆਏ ਨੇ ਅੱਜ ਦੇ ਅਤੇ 599 ਟੋਟਲ ਡੈਥ ਹੋ ਚੁੱਕੀਆਂ ਨੇ ਇੱਥੇ ਅਤੇ 32 ਅੱਜ ਦੀਆਂ ਨਵੀਆਂ ਡੈਥ ਨੇ ਹੋਈਆਂ ਨੇ ਜਿਹੜੀਆਂ। ਅਤੇ ਇਸ ਤੋਂ ਬਾਅਦ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਗ੍ਰੀਸ। ਗ੍ਰੀਸ ਦੇ ਕੁਛ ਅਪਡੇਟ ਦੇ ਦਿੰਦੇ ਹਾਂ ਤੁਹਾਨੂੰ ਕਰੋਨਾ ਵਾਇਰਸ ਦੇ ਜੋ ਕੇਸ ਨੇ। ਗ੍ਰੀਸ ਦੀ ਕੰਡੀਸ਼ਨ ਹੈ ਜਿਹੜੀ ਫਿਲਹਾਲ ਬਾਕੀ ਯੂਰਪ ਕੰਟਰੀਆਂ ਨਾਲੋਂ ਬਹੁਤ ਵਧੀਆ ਚੱਲ ਰਹੀ ਆ। ਇੱਥੇ ਟੋਟਲ 2,192 ਕੇਸ ਆਏ ਨੇ, ਜਿਹੜੇ ਕਿ ਨਵੇਂ ਕੇਸ ਅੱਜ ਨੇ 22 ਕੇਸ ਆਏ ਨੇ ਨਵੇਂ, ਸਿਰਫ ਇੱਕ ਹੀ ਡੈਥ ਹੋਈ ਹੈ ਇੱਥੇ ਅੱਜ ਅਤੇ ਇੱਕ ਡੈਥ ਦੇ ਨਾਲ 102 ਟੋਟਲ ਡੈਥ ਹੋ ਚੁੱਕੀਆਂ ਨੇ ਗ੍ਰੀਸ ਦੇ ਵਿੱਚ। ਤੁਹਾਡੀ ਨਜ਼ਰ ਮਰਵਾ ਦੀ। ਇਸ ਤੋਂ ਬਾਅਦ ਇੰਡੀਆ 'ਤੇ, ਇੰਡੀਆ ਦੇ ਵਿੱਚ 12,320 ਅਤੇ ਟੋਟਲ ਕੇਸ ਅਤੇ 833 ਟੋਟਲ ਨਵੇਂ ਕੇਸ ਆਏ ਨੇ ਜਿਹੜੇ ਅੱਜ, 833 ਨੇ, 405 ਟੋਟਲ ਡੈਥਾਂ ਹੋਣਗੀਆਂ ਅਤੇ 12 ਡੈਥਾਂ ਅੱਜ ਹੋਈਆਂ ਨੇ ਇੱਥੇ। ਅਤੇ ਕੁਛ ਸਾਡੇ ਪਾਕਿਸਤਾਨੀ ਭਰਾ ਵੀ ਸਾਡੀ ਨਿਊਜ਼ ਦੇਖਦੇ ਨੇ, ਪਾਕਿਸਤਾਨ ਦੀ ਵੀ ਦੱਸ ਦਿੰਦੇ ਹਾਂ ਤੁਹਾਨੂੰ, 5,988 ਕੇਸ ਹੋ ਚੁੱਕੇ ਨੇ ਪਾਕਿਸਤਾਨ ਦੇ ਵਿੱਚ ਟੋਟਲ, 151 ਅੱਜ ਦੇ ਨਵੇਂ ਕੇਸ ਆਏ ਨੇ ਅਤੇ ਅੱਜ ਦੇ ਨਵੀਆਂ 11 ਡੈਥਾਂ ਹੋਈਆਂ ਉੱਥੇ, 107 ਟੋਟਲ ਡੈਥ ਹੋ ਚੁੱਕੇ ਨੇ ਇਹਦੇ ਨਾਲ ਹੀ। ਅਤੇ ਬਾਕੀ ਹੋਰ ਕੁਛ ਵੀ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਨੂੰ ਵੀ ਕੋਈ ਗ੍ਰੀਸ ਦੀ ਬਾਰੇ, ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਡੇ ਚੈਨਲ 'ਤੇ। ਬਾਕੀ ਸਾਰਿਆਂ ਨੂੰ ਇਹੀ ਰਿਕੁਐਸਟ ਆ ਕਿ ਵੱਧ ਤੋਂ ਵੱਧ ਘਰੇ ਰਹੋ। ਥੈਂਕ ਯੂ ਵੈਰੀ ਮਚ, ਧੰਨਵਾਦ ਸਾਰਿਆਂ ਦਾ ਖਬਰਾਂ ਸੁਣਨ ਲਈ। ਔਰ ਪਲੀਜ਼ ਦੁਬਾਰਾ ਇਹੀ ਰਿਕੁਐਸਟ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ, ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਦੋਸਤਾਂ ਨਾਲ। ਥੈਂਕ ਯੂ।